ਸਭਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪਣੇ ਪਲਾਂਟਸ ਦੀ ਪਿੰਚਿੰਗ ਕਰਨ ਲੱਗੀ ਸੀ ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ। ਪਿੰਚਿੰਗ ਕੀ ਹੁੰਦੀ ਹੈ, ਇਹ ਕਿਦੇ ਕਿਸ ਤਰ੍ਹਾਂ ਕਰਨੀ ਆ, ਕਦੋਂ ਕਰਨੀ ਆ ਅਤੇ ਕਿਹੜੇ ਕਿਹੜੇ ਪਲਾਂਟਸ ਨੂੰ ਕਰਨੀ ਆ, ਇਹ ਸਭ ਆਪਾਂ ਸ਼ੇਅਰ ਕਰਾਂਗੇ ਅੱਜ ਤੁਹਾਡੇ ਨਾਲ। ਅਤੇ ਦੇਖੋ, ਅੱਜ ਤੋਂ ਇਹ ਪਿੰਚਿੰਗ ਦਾ ਮਤਲਬ ਹੁੰਦਾ ਕਿ ਕੋਈ ਵੀ ਪਲਾਂਟ ਹੋਏ ਉਸਦੀ ਉੱਪਰਲੀ ਟਿੱਪ ਨੂੰ ਇਸ ਤਰ੍ਹਾਂ ਕਰਕੇ ਪਿੰਚ ਕਰਨਾ, ਇਸ ਤਰ੍ਹਾਂ ਕਰਕੇ ਉਹਦੀ ਉੱਪਰਲੀ ਜਿਹੜੀ ਟਿੱਪ ਹੈਗੀ ਆ ਉਹਨੂੰ ਤੋੜ ਦੇਣਾ, ਰਿਮੂਵ ਕਰ ਦੇਣਾ। ਇਹਦੇ ਨਾਲ ਕੀ ਹੋਏਗਾ, ਜਿਸ ਤਰ੍ਹਾਂ ਮੈਂ ਇੱਥੋਂ ਪਿੰਚਿੰਗ ਕੀਤੀ ਸੀ ਇੱਥੋਂ, ਅਤੇ ਇਹਦੇ ਦੋ ਬ੍ਰਾਂਚਸ ਨਿਕਲੀਆਂ। ਇਸ ਤੋਂ ਅੱਗੇ ਜੇ ਪਿੰਚਿੰਗ ਕਰਾਂਗੇ ਅਤੇ ਅੱਗੇ ਇਸਦੇ ਮਲਟੀਪਲ ਸ਼ੂਟਸ ਨਿਕਲਣਗੀਆਂ, ਉਹਦੇ ਨਾਲ ਕੀ ਹੋਏਗਾ ਕਿ ਸਾਡਾ ਪਲਾਂਟ ਸੰਘਣਾ ਹੋਏਗਾ, ਹੈ ਨਾ। ਇਹਦੇ ਅਸੀਂ ਮੈਰੀਗੋਲਡ ਨੂੰ ਕੀਤੀ ਹੈ, ਅਸੀਂ ਕ੍ਰਿਸਮਮ ਨੂੰ ਵੀ ਕਰ ਸਕਦੇ ਹਾਂ। ਇਹ ਗੁਲਦਾਉਦੀ ਹੈ, ਇਹਨੂੰ ਗੁਲਦਾਉਦੀ ਨੂੰ ਵੀ ਅਸੀਂ ਇਸ ਤਰ੍ਹਾਂ ਕਰਕੇ ਪਿੰਚ ਕਰ ਦੇਣਾ ਹੈ, ਛੋਟਾ ਜਿਹਾ ਇਸ ਤਰ੍ਹਾਂ ਕਰਕੇ। ਫਿਰ ਮਲਟੀਪਲ ਸ਼ੂਟਸ ਨਿਕਲਣਗੀਆਂ, ਦੇਖੋ ਇਹਦੀ ਕੇਅਰ ਹੋਣ ਵਾਲੀ ਹੈ ਥੋੜ੍ਹੀ ਜਿਹੀ। ਦੇਖੋ ਸਾਰੇ ਓਲਡ ਪੱਤੇ ਦੇ ਉਤਾਰਨ ਵਾਲੇ, ਦੇਖੋ ਇਸ ਤਰ੍ਹਾਂ ਇਹਦੇ, ਦੇਖੋ ਕਿਸ ਤਰ੍ਹਾਂ ਬੁੱਕਾ ਜਿਹਾ ਬਣਿਆ, ਬਹੁਤ ਸੋਹਣਾ ਫਲਾਰ ਬਣ ਜਾਂਦਾ, ਜਿਸ ਤਰ੍ਹਾਂ ਗੁੰਦਵਾਂ ਗੁੰਦਵਾਂ ਫੁੱਲ ਬਣ ਜਾਂਦਾ, ਨਹੀਂ ਤਰ੍ਹਾਂ ਇਸ ਤਰ੍ਹਾਂ ਲੈਗੀ ਹੋ ਜਾਂਦਾ। ਅਸੀਂ ਪਿੰਚਿੰਗ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਕਰਕੇ ਇਹ ਲੰਮੀ ਲੰਮੀ ਟਾਣੀ ਹੋ ਜਾਣੀ ਹੈ, ਅਤੇ ਇਸ ਤਰ੍ਹਾਂ ਪਿੰਚਿੰਗ ਕਰਨ ਨਾਲ ਇਸ ਤਰ੍ਹਾਂ ਬਣਦਾ। ਅਤੇ ਇਹਦੇ ਤੋਂ ਕਾਫੀ ਸਾਰੇ ਸਾਨੂੰ ਫਲਾਰਿੰਗ ਮਿਲਦੀ, ਜਿੰਨੀਆਂ ਬ੍ਰਾਂਚਸ ਹੋਣਗੀਆਂ ਉੰਨੀ ਸਾਨੂੰ ਇਹਦੀ ਫਲਾਰਿੰਗ ਮਿਲੂਗੀ, ਹੈ ਨਾ। ਉਸ ਤੋਂ ਬਾਅਦ ਅਸੀਂ ਇਹਨੂੰ, ਮੈਂ ਤਾਂ ਅਮਰੂਦ ਨੂੰ ਵੀ ਪਿੰਚ ਕਰ ਦਿੰਦੀ ਹੁੰਦੀ ਹਾਂ, ਫਿਰ ਅਸੀਂ ਇਹਨੂੰ ਵੀ ਪਿੰਚ ਕਰ ਸਕਦੇ ਹਾਂ ਕਲਾਂਚੂ ਨੂੰ। ਕਲਾਂਚੂ ਦਾ ਪਲਾਂਟ ਜਿਹੜਾ ਇਸ ਤਰ੍ਹਾਂ ਇਹਨੂੰ ਸੰਘਣਾ ਹੈ, ਇਹਨੂੰ ਬਸ ਇੰਨਾ ਕੁ ਪਿੰਚ ਕਰ ਦੇਣਾ ਉੱਪਰ ਵਾਲੀ ਟਿੱਪ, ਬਿਲਕੁਲ ਜਿੱਥੋਂ ਸ਼ੂਟ ਸਟਾਰਟ ਹੁੰਦੀ ਹੈ ਨਾ, ਇਸ ਤਰ੍ਹਾਂ ਕਰਕੇ। ਮੈਂ ਇਸ ਤਰ੍ਹਾਂ ਕੀਤਾ ਸੀ, ਆਹ ਦੇਖੋ ਇੱਥੋਂ ਇੱਕ ਇੱਕ ਬ੍ਰਾਂਚ ਇੱਥੋਂ ਨਿਕਲੀ ਹੈ, ਥੱਲੇ ਤੋਂ ਨੀਚੇ ਤੋਂ ਮਲਟੀਪਲਾਈ ਹੁੰਦੇ ਜਾਂਦੇ ਆ, ਫਿਰ ਇਸ ਤਰ੍ਹਾਂ ਅੱਗੇ 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 ਇਸ ਤਰ੍ਹਾਂ ਹੁੰਦਾ ਜਾਂਦਾ ਹੈ। ਅਤੇ ਫਿਰ ਪਿੰਚਿੰਗ ਕਰਨ ਨਾਲ ਫਿਰ ਪਲਾਂਟ ਦੇਖੋ ਕਿੰਨਾ ਸੋਹਣਾ ਗੁੱਛੀ ਜਿਹਾ ਹੋ ਜਾਂਦਾ, ਨਹੀਂ ਤਾਂ ਇੱਕੋ ਹੀ ਟਹਿਣੀ ਲੰਮੀ ਲੰਮੀ ਬਣਦੀ ਜਾਂਦੀ ਹੈ। ਇਸ ਤਰ੍ਹਾਂ ਹੀ ਮੈਂ ਮੈਰੀਗੋਲਡ ਨੂੰ ਕਾਫੀ ਸਾਰੇ ਕਰ ਦਿੰਦੇ ਹਾਂ, ਅਤੇ ਇਸ ਤਰ੍ਹਾਂ ਕਰ ਸਕਦੇ ਅਸੀਂ ਪੁਦੀਨੇ ਨੂੰ ਵੀ ਕਰਨੀ। ਇਹਨੂੰ ਮੈਂ ਕਾਫੀ ਕਰ ਚੁੱਕੀ ਹਾਂ ਵੈਸੇ, ਇਹ ਦੇਖੋ ਮੇਰਾ ਪੁਦੀਨਾ ਕਾਫੀ ਹੈਲਦੀ ਹੈਗਾ ਆ, ਆਹ ਦੇਖੋ ਆਹ ਸਾਰੇ ਮੈਂ ਇੱਥੋਂ ਕਰ ਚੁੱਕੀ ਹਾਂ। ਇਸ ਤਰ੍ਹਾਂ ਇੱਥੋਂ ਪਿੰਚਿੰਗ ਕੀਤੀ ਸੀ ਅਤੇ ਵੇਖੋ ਮਲਟੀਪਲ ਸ਼ੂਟਸ ਨਿਕਲੀਆਂ ਹੋਈਆਂ ਇਹਦੀਆਂ, ਇਸ ਤਰ੍ਹਾਂ ਕਰਕੇ ਨਿਕਲਦੇ ਆ। ਇਸ ਤਰ੍ਹਾਂ ਕਰਕੇ ਸਾਡਾ ਪਲਾਂਟ ਸੰਘਣਾ ਹੋ ਜਾਂਦਾ, ਸੋਹਣਾ ਹੋ ਜਾਂਦਾ, ਜ਼ਿਆਦਾ ਤੋਂ ਜ਼ਿਆਦਾ ਬ੍ਰਾਂਚਸ ਹੁੰਦੀਆਂ, ਫਿਰ ਪੋਟ ਵੀ ਭਰਿਆ ਭਰਿਆ ਲੱਗਦਾ। ਇਹ ਦੇਖੋ ਸੁੱਖ ਸ਼ਾਂਤੀ, ਇਹਨੂੰ ਸੁੱਖ ਸ਼ਾਂਤੀ ਨੂੰ ਵੀ ਪਿੰਚ ਕੀਤਾ, ਇਹ ਦੇਖੋ ਇੱਥੋਂ ਪਿੰਚ ਕੀਤਾ, ਇੱਥੋਂ ਕੀਤਾ, ਨਿਕਲੀਆਂ ਦੇ ਕਿੰਨੇ ਸਾਰੇ ਬ੍ਰਾਂਚਸ ਨਿਕਲੀਆਂ, ਫਿਰ 2-3 ਇੰਚ ਦੀ ਹੋ ਗਈ, ਫਿਰ ਉੱਪਰੋਂ ਕੀਤਾ, ਪਿੰਚ ਕੀਤਾ। ਇਸ ਤਰ੍ਹਾਂ ਕਰਕੇ ਅਸੀਂ ਕਰ ਸਕਦੇ ਪਿੰਚਿੰਗ। ਫਿਰ ਇਹਨੂੰ ਪਿੰਚਿੰਗ ਅਸੀਂ ਕਦੋਂ ਤੱਕ ਕਰਨੀ ਹੈ, ਇਹ ਵੀ ਤੁਸੀਂ ਧਿਆਨ ਨਾਲ ਸੁਣਨਾ ਕਿ ਜਦੋਂ ਸਾਡੇ ਪਲਾਂਟ ਵਿੱਚ ਬਰਡਸ ਬਣਨ ਲੱਗ ਜਾਣ, ਛੋਟੇ ਛੋਟੀਆਂ ਕਲੀਆਂ ਬਣਨ ਲੱਗ ਜਾਣ, ਤਾਂ ਫਿਰ ਅਸੀਂ ਇਹਦੀ ਪਿੰਚਿੰਗ ਰੋਕ ਦੇਣੀ ਹੈ। ਇਹ ਨਹੀਂ ਹੈਗਾ ਕਿ ਜਦੋਂ ਸਾਡੀਆਂ ਕਲੀਆਂ ਅਸੀਂ ਪਿੰਚਿੰਗ ਕਰਦੇ ਰਹੋ, ਫਿਰ ਤਾਂ ਸਾਨੂੰ ਫਲਾਰਿੰਗ ਮਿਲਣੀ ਨਹੀਂ, ਫਿਰ ਪਿੰਚਿੰਗ ਹੀ ਕਰਦੇ ਰਹਿ ਜਾਵਾਂਗੇ, ਹੈ ਨਾ। ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਹੀ ਅਸੀਂ ਕੋਲੀਅਸ ਨੂੰ ਕੀਤੀ, ਮੈਂ ਇਸ ਤਰ੍ਹਾਂ ਕੀਤੀ ਹੈ, ਦੇਖੋ ਕੋਲੀਅਸ ਨੂੰ ਵੀ ਕੀਤੀ, ਦੇਖੋ ਕਿੰਨੀ ਸੋਹਣੀ ਇਹਦੇ ਬ੍ਰਾਂਚਸ ਨਿਕਲੀਆਂ ਨੇ, 2-2, 3-3 ਨਿਕਲੀਆਂ ਇੱਥੋਂ, ਕਾਫੀ ਹੈਲਦੀ ਹੋ ਜਾਂਦਾ ਫਿਰ, ਨਹੀਂ ਤਾਂ ਇੱਕੋ ਟਹਿਣੀ ਹੋ ਜਾਣੀ ਹੈ। ਦੇਖੋ ਕੋਲੀਅਸ ਨੂੰ ਕਰ ਸਕਦੇ ਹਾਂ, ਇਹ ਦੇਖੋ ਮੈਂ ਇਹਨੂੰ ਕੀਤੀ ਤੁਲਸੀ ਨੂੰ, ਇਹ ਦੇਖੋ ਤੁਲਸੀ ਨੂੰ ਪਿੰਚਿੰਗ ਕਰਕੇ, ਇਹ ਮੈਂ ਕਟਿੰਗ ਤੋਂ ਲਗਾਈ ਸੀਗੀ, ਦੇਖੋ ਦੇਖੋ ਇਸ ਤਰ੍ਹਾਂ ਕਰਕੇ ਮਲਟੀਪਲ ਸ਼ੂਟਸ ਨਿਕਲ ਜਾਂਦੀਆਂ। ਇਹ ਵੀ ਮੇਰੇ ਕੋਲੀਅਸ, ਇਹ ਵੀ ਮੇਰਾ ਸਾਰਾ ਪਿੰਚਿੰਗ ਤੋਂ ਕਰ ਕਰਕੇ ਇੰਨਾ ਸੋਹਣਾ, ਬੜਾ ਸੋਹਣਾ ਦਰਖਤ ਬਣਿਆ ਹੋਇਆ ਆ। ਦੇਖੋ ਇਹਦੇ ਕਿੰਨੀ ਪਿਆਰੀ ਬਣੀ, ਇਹਦੀ ਸ਼ੇਪ ਕਿੰਨੀ ਪਿਆਰੀ, ਇਹਨਾਂ ਨੂੰ ਅਲੱਗ ਅਲੱਗ ਕਰਾਂਗੇ। ਅਤੇ ਇਹ ਵੇਖੋ ਮੇਰਾ ਇਹ ਪਲਾਂਟ, ਦੇਖੋ ਇਹਨੂੰ ਕਿੰਨੀਆਂ ਮਲਟੀਪਲ ਸ਼ੂਟਸ ਆਈਆਂ ਨੇ, ਦੇਖੋ ਕਿੰਨੀ ਫਲਾਰਿੰਗ ਹੋ ਰਹੀ ਹੈ। ਇਹ ਬਸ ਪਿੰਚਿੰਗ ਦਾ ਨਤੀਜਾ ਹੀ ਆ, ਹੈ ਨਾ। ਜਿੰਨੀ ਪਿੰਚਿੰਗ ਕਰਾਂਗੇ ਅਸੀਂ, ਉੰਨੀ ਸਾਨੂੰ ਜ਼ਿਆਦਾ ਫਲਾਰਿੰਗ ਮਿਲੇਗੀ, ਉੰਨੀ ਜ਼ਿਆਦਾ ਸ਼ੂਟਸ ਨਿਕਲਣਗੇ, ਹੈ ਨਾ। ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸਾਰਾ। ਇਸ ਤਰ੍ਹਾਂ ਇਹਨੂੰ ਕਨੇਰ ਨੂੰ ਵੀ ਮੈਂ ਕੀਤੀ ਸੀ, ਇਸ ਤਰ੍ਹਾਂ ਥੱਲੇ ਤੋਂ ਕੀਤੀ, ਇਹ ਦੇਖੋ 3 ਬ੍ਰਾਂਚਸ ਨਿਕਲੀਆਂ ਇਹਦੀਆਂ, ਇਸ ਤਰ੍ਹਾਂ, ਠੀਕ ਹੈ ਨਾ। ਅਸੀਂ ਇਹਨੂੰ ਵੀ ਕਰ ਸਕਦੇ ਹਾਂ, ਕੋਕਸਕੋਮ ਨੂੰ ਵੀ ਕਰ ਸਕਦੇ ਹਾਂ। ਇੱਥੋਂ ਮੈਂ ਤੋੜਿਆ ਸੀ ਇਹਨੂੰ, ਇੱਥੋਂ ਇਹ 2-3 ਇੱਥੋਂ ਬ੍ਰਾਂਚਸ ਨਿਕਲੀਆਂ ਸੀਗੀਆਂ, ਉਹ ਵੀ ਇਹਨੂੰ, ਇਹ ਦੇਖੋ ਚਾਂਦਨੀ, ਚਾਂਦਨੀ ਨੂੰ ਵੀ ਕੀਤਾ ਮੈਂ, ਦੇਖੋ ਚਾਂਦਨੀ ਨੂੰ ਇੱਥੋਂ ਕੀਤਾ, ਹੁਣ ਇਹ ਥੋੜ੍ਹਾ ਲੈਂਥੀ ਜ਼ਿਆਦਾ ਹੋ ਗਿਆ ਆ, ਇਹ ਦੇਖੋ ਇਹਨੂੰ ਬੰਨਿਆ ਹੋਇਆ, ਇੱਥੋਂ ਕੀਤਾ, ਪਹਿਲਾਂ ਇੱਥੋਂ ਕੀਤਾ, ਪਿੰਚ ਇੱਥੋਂ ਕੀਤਾ, ਠੀਕ ਹੈ ਨਾ। ਇਹ ਸਾਰੇ ਪਿੰਚ ਕੀਤਾ ਮੈਂ, ਹਾਰਡ ਪ੍ਰੂਨਿੰਗ ਨਹੀਂ ਕਰਦੀ, ਨਾ ਹੀ ਇਹਦੀ ਸੋਫਟ ਕੀਤੀ ਸੀਗੀ। ਇਸ ਤਰ੍ਹਾਂ ਹੀ ਮੈਂ ਇਹਨੂੰ ਕੀਤਾ ਸੀ, ਇਹਦੇ ਵੀ ਕਾਫੀ ਬ੍ਰਾਂਚਸ ਨਿਕਲੀਆਂ ਹੋਈਆਂ, ਭਰ ਭਰ ਕੇ ਆ ਰਹੇ। ਅਸੀਂ ਸਦਾਬਹਾਰ ਨੂੰ ਵੀ ਕਰ ਸਕਦੇ, ਹੈ ਨਾ, ਜਿਸ ਤਰ੍ਹਾਂ ਵੀ ਕਿੰਨੇ ਸੋਹਣੇ ਫਲਾਰ ਨਿੱਕੇ 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 ਨਿਕਲਦੇ ਆ। ਦੇਖੋ ਇਹਨੂੰ ਵੀ, ਇਹ ਦੇਖੋ ਮੈਂ ਕੀਤਾ ਸੀ ਨਾ, ਇੱਥੇ ਇੱਥੇ ਕੀਤਾ ਅਤੇ 2 ਇਹਦੀਆਂ ਬ੍ਰਾਂਚਸ ਇੱਥੋਂ ਨਿਕਲੀਆਂ। ਇਸ ਤਰ੍ਹਾਂ ਹੀ ਅਸੀਂ ਅਜਵਾਇਨ ਨੂੰ ਕਰ ਸਕਦੇ ਹਾਂ, ਇਹ ਅਜਵਾਇਨ ਦਾ ਪਲਾਂਟ ਹੁੰਦਾ, ਦੇਖੋ ਇਹਨੂੰ ਵੀ ਅਸੀਂ ਮੈਨੂੰ ਪਿੰਚ ਕਰ ਕਰਕੇ ਇਹ ਇੰਨਾ ਸੋਹਣਾ ਕੀਤਾ ਵੱਡਾ ਸਾਰਾ, ਠੀਕ ਹੈ ਨਾ।
एक नेर मेरा, एक नेर नू भी इस तरह किया। मिनी चांदनी का प्लांट है, देखो ये भी पिंचिंग कर करके इस तरह इन संघना किया है। नाले देखो ये वाला कनेर हैगा है, देखो इन्हें इस तरह करा इतों रिमूव करा तो देखो कि मल्टीपल शूट्स निकल दी। इस तरह करके नाले तो प्लांट्स थोड़ा जा अपना लिमिट में रह जाता क्योंकि पोट में असं लगाते हैं वो प्लांट्स ज़्यादा लंबा हो जाए, ज़्यादा लेंथी लेंथी हो जाए तो असं उन्होंने संभाल भी नहीं सकते तो सानू इस तरह सोहने लगते। इस तरह लगे इस तरह ही मैं इनू भी किया अपनी रंगून क्रीपर भी पिंचिंग किया। इस तरह ही लंटाना मैं पिंच कर करके कर करके देखो कितना सोहना किया, देखो कितनी सोहनी फ्लारिंग हो रही है इहदी। ये सब पिंचिंग का नतीजा है। देखते ही नज़ारा बनता किन्ने सोहने फुलार है, पैटल देखो किन्ने प्यारे दे। असी इस तरह ही रंग मनी प्लांट भी कर सकते हैं, सिंगोनियम भी कर सकते हैं, इनडोर प्लांट्स जोड़े होंगे ना उन्होंने भी कर सकते हैं। यह सारा पिंचिंग का नतीजा देखो तुम किन्ने सोहने सोहने फुलार इधे आ रहे हैं। देखो कि प्यारा गुच्छा बनया, वाह। ये दो प्लांट्स लगे हुए ये होर चीज़ हैगी होर है, कितनी सोहनी गुच्छा भरिया है जो तो फ्लारिंग होनी है कितनी प्यारी लगेगी ना। ए वेखो इन मोगरे भी मैं की सी, मोगरे में इस तरह ट्री का शेप दे देनी इस तरह करके एक इनू काफ़ी सारा हेल्दी हेल्दी कर देना। असी अगर बेल में पिंचिंग करिए असी अपना ट्री की शेप दे सकते हैं इस तरह। मैंने एक ट्री का शेप देनी है इस तरह करके, देखो ये भी इनू ज़्यादा तो ज़्यादा फ्लारिंग आएगी सोहना लगेगा है ना। ये देखो बेबी सनरोज ये फ्लारिंग भी शुरू हो रही है, किन्ने ये गुच्छे दे गुच्छे आएंगे ये बेबी सनरोज़ दे। ये मदर ऑफ थाउजेंड का मेरा मेरा प्लांट है, इनू भी मैं इस तरह ही कर करके देखो कितनी सोहनी संघना हो गया है। ये भी पिंचिंग कर सकते हैं असी, ये भी कर सकते हैं। ये जिहड़ा प्लांट हैगा ना मदर ऑफ मिलियंस ये भी कर सकते हैं। सदाबहार की भी पिंचिंग हो सकती है इस तरह करके, मल्टीपल शूट्स साड़ियाँ निकल गई तो साढ़े तो एक तो किन्ने सारे प्लांट लगन गए। प्लांट एक ही होएगा इस तरह लगेगा कि साढ़े को बहुत ज़्यादा प्लांट्स ने। यह जिहड़ा मैक्सीकन पटूनिया का रोएलिया प्लांट है इनू भी असी कर सकते हैं, देखो किन्नी सोहनी प्लांटिंग हो रही है। ये वाली ट्रिक असी रोज से भी अपना सकते हैं इस तरह करके। देखो मैं इतों पिंच किया इस तरह टू शूट्स निकलिया से इस तरह करके कर सकते हैं। मैक्सीकन पटूनिया ए वाला टिकोमा, टिकोमा भी मैं पिंच किया सदाबहार है, सदाबहार भी कर सकते हैं। मैं लगता फ्लारिंग शुरू होने लगी है शायद पहली बार होनी है, जो हुई तो बहुत खुशी वाली गल होएगी। इस तरह असं अपने प्लांट नू बहुत ज़्यादा सोहनी शेप दे सकते हैं पिंचिंग करन नाल। ते तुसी भी देखो करो तो अपने अपने प्लांट सोहने बनाओ गमलियां दे विच। ते मिलते हैं जी किसी होर नवी वीडियो दे नाल। ओके जी, बहुत बहुत धन्यवाद जी, थैंक यू सो मच फॉर वॉचिंग। वाहिगुरू जी का खालसा, वाहिगुरू जी की फतेह।